ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੇ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਦੇ ਬੋਲਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੇ ਹਾਲਾਤ ਵੱਧ ਤੋਂ ਬਦਤਰ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਹੈ ਕਿ ਗੁਰਦੁਆਰੇ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਹਨ। ਜਿਸ ਤੋਂ ਬਾਅਦ ਉਹਨਾਂ ਵੱਲੋਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਗੁਰਧਾਮਾਂ ਦੀ ਰੱਖਿਆ ਕੀਤੀ ਜਾਵੇ ਅਤੇ ਉਹਨਾਂ ਨੂੰ ਦੁਬਾਰਾ ਤੋਂ ਠੀਕ ਕੀਤਾ ਜਾਵੇ। ਅਸੀਂ ਅੱਜ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਤੇ ਜੋ ਗੁਰਦੁਆਰਾ ਨਾਨਕਸਰ ਸਾਹਿਬ ਇਮਾਰਤ ਬਣੀ ਹੋਈ ਹੈ ਪਾਕਿਸਤਾਨ ਦੇ ਵਿੱਚ, ਅਤੇ ਮੀਡੀਆ ਰਾਹੀਂ ਅਸੀਂ ਉਹ ਇਮਾਰਤ ਜੋ ਦੇਖੀ ਹੈ ਅਤੇ ਮਨ ਬੜਾ ਦੁਖਿਆ ਕਿ ਉਸ ਇਮਾਰਤ ਦੀ ਨਾ ਕੇਵਲ ਹਾਲਤ ਖਸਤਾ ਹੀ ਹੈ ਸਗੋਂ ਉਹ ਡਿੱਗਣ ਲੱਗ ਪਈ ਹੈ, ਟੱਟਣ ਲੱਗ ਪਈ ਹੈ। ਮੈਂ ਪਾਕਿਸਤਾਨ ਦੀ ਸਰਕਾਰ ਨੂੰ ਇਹ ਬੇਨਤੀ ਕਰਾਂਗੀ ਕਿ ਇਸ ਗੁਰਦੁਆਰੇ, ਇਹ ਸਾਡੀ ਜਿੰਦ ਜਾਨ ਹੁੰਦੀ ਹੈ, ਇਹਦੇ ਨਾਲ ਸਾਡੀ ਆਸਥਾ ਜੁੜੀ ਹੁੰਦੀ ਹੈ, ਇਹ ਤੋਂ ਅਸੀਂ ਉਸ ਗੁਰੂ ਘਰ ਤੋਂ ਬਹੁਤ ਵੱਡੀਆਂ ਸੇਧਾਂ ਲੈਂਦੇ ਹਾਂ, ਅਸੀਂ ਇਤਿਹਾਸ ਤੋਂ ਆਪਣੇ ਵਾਕਫ ਹੁੰਦੇ ਹਾਂ ਔਰ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਗੁਰੂ ਘਰਾਂ ਦੇ ਸਥਾਨ ਨਾਲ ਜੁੜੀ ਹੁੰਦੀ ਹੈ। ਸੋ ਮੈਂ ਇਹ ਬੇਨਤੀ ਕਰਾਂਗੀ ਪਾਕਿਸਤਾਨ ਸਰਕਾਰ ਨੂੰ ਕਿ ਤੁਰੰਤ ਇਸ ਦੀ ਦੇਖਭਾਲ ਕੀਤੀ ਜਾਵੇ, ਉਹਦੀ ਰਿਪੇਅਰ ਕੀਤੀ ਜਾਵੇ, ਉਹਦੀ ਮੁਰੰਮਤ ਕੀਤੀ ਜਾਵੇ ਔਰ ਉਹਨੂੰ ਚੰਗੇ ਢੰਗ ਨਾਲ ਬਣਾ ਕੇ, ਖੂਬਸੂਰਤ ਢੰਗ ਨਾਲ ਬਣਾ ਕੇ ਸੰਗਤ ਦੇ ਹਵਾਲੇ ਕੀਤਾ ਜਾਵੇ। ਸੋ ਮੈਂ ਇਹ ਵੀ ਬੇਨਤੀ ਕਰਾਂਗੀ ਕਿ ਜੇ ਤੁਹਾਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਜੇ ਤੁਹਾਡੇ ਕੋਲੋਂ ਉਹ ਨਹੀਂ ਕੀਤਾ ਜਾ ਸਕਦਾ ਤਾਂ ਸਾਨੂੰ ਇਜਾਜ਼ਤ ਦਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾ ਕੇ ਉੱਥੇ ਉਸਦੀ ਦੇਖ ਰੇਖ ਕਰ ਸਕੇ, ਉਹਦੀ ਸੇਵਾ ਸੰਭਾਲ ਜਿਹੜੀ ਹੈ ਭਾਵੇਂ ਉੱਥੋਂ ਦੀ ਗਵਰਨਮੈਂਟ ਨੇ ਕਰਨੀ ਹੈ, ਉੱਥੋਂ ਦੀ ਕਮੇਟੀ ਨੇ ਕਰਨੀ ਹੈ, ਲੇਕਿਨ ਫਿਰ ਵੀ ਅਸੀਂ ਉਸ ਇਮਾਰਤ ਦੀ ਦੇਖ ਰੇਖ ਕਰਕੇ, ਉਹਦੀ ਸੰਭਾਲ ਕਰਕੇ, ਉਹਨੂੰ ਮੁਰੰਮਤ ਕਰਕੇ ਉਹ ਸੰਗਤਾਂ ਦੇ ਹਵਾਲੇ ਕਰ ਸਕੀਏ। ਇਹ ਸਾਡੇ ਮਨ ਦੀ ਰੀਝ ਹੈ ਔਰ ਬਾਰ ਬਾਰ ਮੇਰੀ ਬੇਨਤੀ ਹੈ ਪਾਕਿਸਤਾਨ ਸਰਕਾਰ ਨੂੰ ਕਿ ਇਹਨਾਂ ਦੇ ਨਾਲ ਸਾਡਾ ਬਹੁਤ ਵੱਡਾ ਦਿਲ ਦੁਖਦਾ, ਦੁਨੀਆ ਭਰ ਦੀ ਸੰਗਤ ਨੇ ਉੱਥੇ ਆ ਕੇ ਨਤਮਸਤਕ ਹੋਣਾ ਹੁੰਦਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਇਤਿਹਾਸ ਜਿਹੜਾ ਉਹ ਜੁੜਿਆ ਹੋਣ ਕਰਕੇ, ਉਸ ਸਥਾਨ ਨਾਲ ਜੁੜਿਆ ਹੋਣ ਕਰਕੇ ਇਹ ਸਾਡੇ ਵਾਸਤੇ ਇੱਕ ਦਿਲ ਖਿੱਚਵੀਂ ਉਹ ਜਗ੍ਹਾ ਹੁੰਦੀ ਹੈ, ਇਸ ਕਰਕੇ ਸਾਡੀ ਆਤਮਿਕ ਤੌਰ ਦੇ ਉੱਤੇ ਸ਼ਾਂਤੀ ਉੱਥੋਂ ਮਿਲ ਸਕਦੀ ਹੈ। ਮੇਰੀ ਬੇਨਤੀ ਹੈ ਪਾਕਿਸਤਾਨ ਸਰਕਾਰ ਨੂੰ ਨਿਮਰਤਾ ਸਹਿਤ ਕਿ ਇਹ ਸਾਰੀ ਇਮਾਰਤ ਨੂੰ ਨਵੇਂ ਸਿਰੇ ਤੋਂ ਦੇਖ ਕੇ ਮੁਰੰਮਤ ਵੀ ਕੀਤਾ ਜਾਵੇ, ਇਹਨੂੰ ਰੈਨੋਵੇਟ ਕੀਤਾ ਜਾਵੇ, ਸੰਗਤਾਂ ਵਾਸਤੇ ਇਹ ਸੁੰਦਰ ਦ੍ਰਿਸ਼ ਬਣ ਸਕੇ। ਸੋ ਜੇ ਕੋਈ ਕਿਸੇ ਕਿਸਮ ਦੀ ਮੁਸ਼ਕਲ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਹਾਜ਼ਰ ਹੈ।